ਖਾਲਸਾ ਸਾਹਿਬ ਤਮਾਮ ਪੁਰਖ ਧਾਰਨਾ ਲਾਉਂਦੇ ਹੁੰਦੇ ਨੇ ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ। ਇਹ ਜੋਤ ਨੂੰ ਸਾਨੂੰ ਜੋਤ ਮੰਤਰ ਮਨ ਅਸਥਿਰ ਕਰੇ, ਸਾਨੂੰ ਗੁਰਬਾਣੀ 'ਚ ਉਪਦੇਸ਼ ਹੈ ਜੋਤ ਮੰਤਰ, ਮੰਤਰ ਦੀ ਕਿਰਪਾ ਨਾਲ, ਮੰਤਰ ਦੀ ਬਰਕਤ ਨਾਲ, ਗੁਰੂ ਦੇ ਦਿੱਤੇ ਹੋਏ ਮੰਤਰ ਦੇ ਨਾਲ ਮਨ ਦੇ ਵਿੱਚ ਟਿਕਾਵੇ। ਜੋਤ ਮੰਤਰ ਮਨ ਅਸਥਿਰ ਕਰੇ, ਕਹੇ ਕਬੀਰ ਸੋ ਪ੍ਰਾਣੀ ਪਏ, ਦਾਮ ਨਿਸ ਦਾਮਨ ਜੋ ਚਮਕ ਚੰਦਾਇਣ ਦੇਖੇ, ਐਨ ਇਸ ਜੋਤ ਨਿਰੰਤਰ ਪੇਖੇ। ਜਿਹਨੇ ਤੇ ਰਾਤ ਆਪਣੇ ਹਿਰਦੇ ਵਿੱਚ ਪਰਮਾਤਮਾ ਦੀ ਉਸ ਜੋਤ ਦਾ ਦੀਦਾਰ ਕਰੋ, ਉਹ ਦੀਦਾਰ ਗੁਰਬਾਣੀ ਦੀ ਬਰਕਤ ਨਾਲ ਹੋਣਾ, ਉਹ ਦੀਦਾਰ ਨਾਮ ਦੀ ਬਰਕਤ ਨਾਲ ਹੋਣਾ ਤੇ ਨਾਮ ਗੁਰੂ ਦਿੰਦਾ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਪਰਮਾਤਮਾ ਦੀ ਸੇਵਾ ਇਸ ਕਰਕੇ ਭਲੀ ਕਿਉਂਕਿ ਉਹ ਮੁਕਤੀ ਦਾ ਦਾਤਾ, ਉਹ ਇਸ ਕਬਰ ਦੇ ਵਿੱਚੋਂ ਕੱਢ ਦੇ, ਕੱਢ ਕੇ ਸਵਰਗਾਂ 'ਚ ਲੈ ਜਾਂਦਾ, ਜੀਵਨ ਮੁਕਤ ਕਰ ਦਿੰਦਾ। ਇਸ ਕਬਰ ਦੇ ਵਿੱਚ ਜੋਤ ਜਗਾ ਕੇ ਜੀਵਨ, ਇਸ ਤਰ੍ਹਾਂ ਸ਼ੇਖ ਫਰੀਦ ਜੀ ਨੇ ਕਿਹਾ ਨਾ ਕਿ ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀ, ਉਹ ਜ਼ਮੀਨ 'ਤੇ ਬੋਝ ਪਏ ਨੇ, ਭਾਰ ਪਏ ਨੇ, ਉਹ ਮੁਰਦਾ ਹੋ ਚੁੱਕੇ ਨੇ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਮ੍ਰਿਤਕ ਕਹੀਏ ਨਾਨਕਾ ਜਾਂ ਪ੍ਰੀਤ ਨਹੀਂ ਪਦਵਾ, ਜਿਹਨੂੰ ਪਰਮਾਤਮਾ ਦੇ ਨਾਮ ਨਾਲ ਪ੍ਰੀਤ ਨਹੀਂ ਉਹ ਮ੍ਰਿਤਕ ਦੇਹ, ਉਹ ਮੜੀ, ਉਹ ਗੋਰ ਹੈ। ਤੋ ਇਹੋ ਹੀ ਆਸ਼ਾ ਕਬੀਰ ਜੀ ਦਾ, ਇਹੀ ਆਸ਼ਾ ਹਜ਼ਰਤ ਮੁਹੰਮਦ ਸਾਹਿਬ ਦਾ, ਜਿਹਨਾਂ ਨੇ ਕਮਾਈਆਂ ਕੀਤੀਆਂ ਨੇ, ਖੁਦਾ ਨਾਲ ਮਿਲੇ ਨੇ, ਉਹ ਪੈਗੰਬਰ ਸੱਚੇ ਹੁੰਦੇ ਨੇ। ਜਿਹੜੀ ਗੱਲ ਉਹਨਾਂ ਨੇ ਸੱਚੀ ਕਹੀ ਜਾਂ ਸਾਡੇ ਧਰਮ ਨਾਲ ਮਿਲਦੀ ਹੈ ਜਾਂ ਸਾਡੇ ਸਿਧਾਂਤ ਨਾਲ ਮਿਲਦੀ, ਉਸਨੂੰ ਸਵੀਕਾਰ ਕਰਨਾ ਚਾਹੀਦਾ। ਸਾਡੇ ਗੁਰੂ ਸਾਹਿਬ ਨੇ ਵੀ ਇਹੀ ਕਿਹਾ ਕਿ ਇਸ ਮੜੀ ਦੇ ਵਿੱਚੋਂ ਜਾਓ, ਇਸ ਮੜੀ ਦੇ ਵਿੱਚੋਂ ਉੱਠ ਖਲੋ ਅਤੇ ਆਪਣੀ ਜੋਤ ਨੂੰ ਪ੍ਰਗਟ ਕਰਕੇ ਜਪੋ। ਜਿਸ ਤਰ੍ਹਾਂ ਜਪਣ ਲਈ ਕਿਹਾ ਕਿ ਉਸ ਜੋਤ ਨੂੰ ਜਪੋ, ਉਸ ਨਿਰੰਕਾਰ ਦੀ ਜੋਤ ਨੂੰ ਜਪੋ, ਜਿਹਦੀ ਬਰਕਤ ਨਾਲ ਅੰਤਰ ਪ੍ਰਗਾਸ ਮਹਾਰਸ ਪੀਵੇ, ਜਿਹਦੀ ਬਰਕਤ ਨਾਲ ਤੁਹਾਡੇ ਹਿਰਦੇ 'ਚ ਪਰਮਾਤਮਾ ਦਾ ਪ੍ਰਕਾਸ਼ ਹੋ ਜਾਵੇ ਅਤੇ ਮਹਾਰਸ ਪੀਵੇ, ਪਰਮਾਤਮਾ ਦੇ ਨਾਮ ਦਾ ਰਸ ਪੀਵੇ। ਉਹ ਰਸ ਜਿਹੜੇ ਇਹ ਰਸ ਛੱਡਿਆ ਆਉਂਦਾ, ਇਹ ਰਸ ਛੱਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ, ਅਲਪ ਸੁੱਖ ਛਾਟ ਪਰਮ ਸੁੱਖ ਪਾਵਾ, ਤਬ ਇਹ ਤ੍ਰਿਆ ਉਹ ਕੰਤ ਕਹਾਵਾ। ਉਹ ਰਸ ਪਰਮਾਤਮਾ ਦਾ ਲਓ, ਉਹ ਦਿੰਦਾ ਪਰਮਾਤਮਾ, ਪਰਮਾਤਮਾ ਦਿੰਦਾ ਗੁਰੂ ਦੇ ਦੁਆਰਾ, ਗੁਰੂ ਦੀ ਰਾਹੀਂ। ਜੇ ਅਸੀਂ ਗੁਰੂ ਦੀ ਰਾਹੀਂ ਗੁਰੂ ਦੇ ਚਰਨਾਂ ਵਿੱਚ ਆ ਕੇ ਉਹਦੀ ਮਰਿਆਦਾ ਨੂੰ ਅਪਣਾ ਕੇ ਜੀਵਨ ਸੋਹਣੇ ਬਣਾ ਕੇ ਪਰਮਾਤਮਾ ਦੀ ਬੰਦਗੀ ਕਰਾਂਗੇ, ਤਾਂ ਫਿਰ ਸਾਨੂੰ ਪਰਮਾਤਮਾ ਦੇ ਨਾਮ ਦਾ ਰਸ ਮਿਲੂਗਾ, ਫਿਰ ਇਸ ਮਨੁੱਖਾ ਦੇਹੀ ਦਾ ਅਸੀਂ ਪੂਰਾ ਪੂਰਾ ਲਾਹਾ ਲਹਾਂਗੇ, ਇਸ ਮਨੁੱਖਾ ਦੇਹੀ ਨੂੰ ਪਰਮਾਤਮਾ ਦੇ ਚਰਨਾਂ 'ਚ ਮੁਕਤੀ ਮਿਲੂਗੀ, ਫਿਰ ਇਸ ਅਸੀਂ ਜੀਵਨ ਮਰੋਰਥ ਤੋਂ ਮੁਕਤ ਹੁੰਦੇ ਹਾਂ। ਇੱਕ ਦਸਮ ਪਾਤਸ਼ਾਹ ਦੇ ਚਰਨਾਂ 'ਚ ਸ਼ਰਧਾਂਜਲੀ ਦੇਵਾਂਗੇ, ਜਿਨ੍ਹਾਂ ਨੇ ਸਾਨੂੰ ਇਹ ਵਿਚੋਲੇ ਬਣ ਕੇ ਸਾਨੂੰ ਸਾਡੀ ਆਤਮਾ ਨੂੰ, ਰੁਲਦੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਇਆ, ਜਿਨ੍ਹਾਂ ਨੇ ਤੇਗ ਦੇ ਨਾਲ ਇਤਿਹਾਸ ਸਿੱਝ ਕੇ ਆਪਣੀਆਂ ਬੱਚੀਆਂ ਦੀਆਂ ਸ਼ਹਾਦਤਾਂ ਦੇ ਕੇ ਸਾਨੂੰ ਸਵੇ ਮਾਣ ਵਾਲਾ ਜੀਵਨ ਦਿੱਤਾ, ਜਿਨ੍ਹਾਂ ਦੇ ਬੱਚਿਆਂ ਦੀਆਂ ਸ਼ਹਾਦਤਾਂ ਨੇ ਖਾਲਸਾ ਪੰਥ ਨੂੰ ਉਜਾਗਰ ਕੀਤਾ, ਇੱਕ ਮਾਮੂਲੀ ਜਿਹੇ ਕਬੀਲੇ ਤੋਂ ਸਾਨੂੰ ਇੱਕ ਕੌਮ ਬਣਾਇਆ, ਸਾਨੂੰ ਸੱਤਾਂ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਦਵਾ ਕੇ ਇੱਕ ਰਾਜ ਭਾਗ ਦਾ ਨਸ਼ਾ ਦਵਾਇਆ ਅਤੇ ਸੁੱਖ ਦਵਾਇਆ ਅਤੇ ਰਾਜ ਕਰਨ ਦੀ ਰੀਤ ਸਿਖਾਈ। ਤੋ ਅਕਾਲ ਪੁਰਖ ਸੱਚੇ ਵੇਗ ਨੂੰ ਕਿਰਪਾ ਕਰੇ, ਮੇਰੀ ਅਰਦਾਸ ਹੈ ਸੱਚੇ ਪਾਤਸ਼ਾਹ ਸਾਡੇ ਨੌਜਵਾਨ ਬੱਚਿਆਂ ਨੂੰ ਸੋਝੀ ਬਖਸ਼, ਤੇਰੇ ਬੱਚਿਆਂ ਦੇ ਪੈਰਾਂ ਪਿੱਛੇ ਸਾਡੇ ਜੀਵਨ ਸੁਧਰ ਜਾਣ, ਸਾਡੀਆਂ ਬੱਚੀਆਂ ਮਾਈ ਭਾਗੋ ਦੀ ਪ੍ਰੇਰਨਾ ਵਾਲਾ ਜੀਵਨ ਲੈ ਕੇ, ਬੀਬੀ ਸੁਲੱਖਣੀ ਦੀ ਵਾਲਾ ਵਿਸ਼ਵਾਸ ਲੈ ਕੇ ਗੁਰੂ ਦੇ ਚਰਨਾਂ 'ਚ ਆਉਣ, ਇਹ ਮੋਨਿਆਂ ਘੋਨਿਆਂ ਨੂੰ ਤਿਆਗ ਕੇ ਉਹ ਸੁੱਖ ਅਤੇ ਆਰਾਮ ਜਿਹੜੇ ਉਹ ਸੁਪਨੇ ਵਿੱਚ ਲੈ ਰਹੀਆਂ ਨੇ, ਇਹ ਸੁੱਖ ਅਤੇ ਆਰਾਮ ਜਿੰਨੇ ਵੀ ਮਿਲਦੇ ਨੇ ਗੁਰੂ ਦੀ ਸ਼ਰਨ 'ਚ ਮਿਲਦੇ ਨੇ। ਅੱਜ ਵੀ ਕਿਸੇ ਬੱਚੀ ਦੀ ਕੋਈ ਆਸਥਾ ਹੈ, ਅੱਜ ਵੀ ਕਿਸੇ ਬੱਚੀ ਦੀ ਕੋਈ ਮੰਨਤ ਹੈ ਗੁਰੂ ਚਰਨਾਂ ਵਿੱਚ ਜਾ ਕੇ ਪੂਰੀ ਹੁੰਦੀ, ਉਹ ਬਾਬਾ ਬੁੱਢਾ ਜੀ ਦੇ ਜਾ ਕੇ ਮਿੱਸੇ ਪ੍ਰਸ਼ਾਦੇ ਦੇ ਕੇ ਸੁੱਖਣਾ ਸੁੱਖਦੀ ਹੈ, ਪਰ ਗੁਰੂ ਚਰਨਾਂ 'ਚ ਉਸੇ ਨੂੰ ਮਿਲਣਾ ਜਿਹੜਾ ਗੁਰੂ ਦੇ ਆਖੇ ਲੱਗੂਗਾ, ਜਿਹੜਾ ਗੁਰੂ ਨੂੰ ਆਪਣੇ ਅਨੁਕੂਲ ਚਲਾਊਗਾ ਉਸਨੂੰ ਕੁਛ ਨਹੀਂ ਮਿਲਿਆ, ਉਸਨੂੰ ਨਿਰਾਸ਼ਾ ਮਿਲਦੀ।
तो असी गुरु साहब जी के आशय अनुसार अपने जीवन बतीत करिए। इसलिए मेरी थानू सारा बेनती हाथ जोड़ के कि पता नहीं किस टाइम पर किस बहाने किस जगह पर दाना पानी मुक जाए, वो काल आ जाए जिहड़ा सानू केसां तो फड़ के लै जाए। उस तो पहला सानू परमात्मा का नाम लैना जरूरी है, उस तो पहला गुरु के घर में दाखला जरूरी है। जदों तुसी अमृत पान करोगे उस दिन तुहाडा असल में जन्म होगा, उस दिन तुहानू असल में इस कबर तो छुटकारा मिलेगा, उस दिन तुसी इस गोर दे विच्चों उठ के जागोगे। तो गुरु साहब आप गवाही देंदे ने सतगुर के जन्मे गवन मटाया। जो सतगुरु के घर तुसी जमोगे उदों तुहाडा आना जाना मुकूगा। तुसी सारे हाथ जोड़ के मेरी बेनती अपने बच्चों को समझाओ, आप अपना मन बना के अमृत की दात लो। कल इतने अमृत पान होना, वड्डी गिनती दे विच अमृत पान करके दसम पातशाह के चरणों के भौरे बनो। दसम पातशाह की कीर्ति का अपमान ना करो, सन्मान करो। उसनों अखां नाल पढ़ के जीभ नाल गा के कन्नां नाल सुनो। दसम पातशाह की आत्मा पवित्र बाणी का चिर जीवन चेतन नितनीत अभ्यास करो ताकि साड़ी नकारा में लिपड़ी ते मैली आत्मा साफ हो जाए। क्योंकि गुरु साहब जी के हुक्म ते बचन ने कि बिना शब्द न मांझिए साचे ते सुच होए। हिरदे नू शब्द तो बिना नहीं मांझिया जा सकता किसी भी तरीके ते, जिनी देर मांझिया ना जाए सुचा नहीं होंदा ते सुचे हिरदे में आके सच्चे पातशाह ने निवास करना होंदा। इस करके हिरदे नू सुचा बनाओ गुरबाणी दे नाल, गुरबाणी दी बरकत ते उहदे अभ्यास दे नाल। सो मेरी बेनती है सो समूह नौजवान वीरां नू भैणां नू बच्चियां नू बजुर्गां नू कि अपना मन बना के कल तक वड्डी गिनती लई अमृत पान करो। अमृत पान करके दसम पातशाह दे चरणा दे भौरे बनो, उहदे घर विच जन्म लैके साहिबजादिआं नू अपने वीर कहण दा माण प्राप्त करो। भाई अमरीक सिंह होणा दा बहुत बहुत धन्नवाद। भाई रवीर सिंह जी साहिबपुर, सरदार जोगिंदर सिंह जी नानोवाल, उन्हां दे होर सहयोगी जिहड़े यज्ञ करते हैं हरेक साल, उदम करते हैं, पैसा खर्च करते हैं, मेहनत करते हैं, तुहाडे सहयोग के नाल ये गुरु साहब जी की संगत जुड़ती है। इन्हां दा बहुत बहुत धन्यवाद। अकाल पुरख सच्चे वाहगुरु कृपा करे इन्हां नूं यह उत्साह मिलिया रहे, इन्हां नूं यह राह मिलिया रहे, ये सेवा में इस तरह लगे रहन, होरना नौजवान वीरां नूं प्रेरणा नाल ला के अपने इस यज्ञ में योगदान पाउण ते गुरु घर दीआं खुशियां हासिल करन। दसम पातशाह का यह मिशन है, दसम पातशाह के खालसाई मिशन नूं त्याग के सानूं कितों कुछ नहीं मिलना, जो कुछ मिलना दसम पातशाह के चरणों चों मिलना, साहिबजादिआं दी शहादत नाल वफा करके मिलना, गुरु तेग बहादुर साहब जी की गाथा सुन के मिलना, गुरु अर्जन देव जी दीआं कुरबानियां दी कहानी सुन के मिलना। सो भुल चुक लई खिमा समूह संगतां दा बहुत बहुत धन्यवाद, इलाका निवासियों का, इतों के प्रबंधकों का बहुत बहुत धन्यवाद, बाबा जी का बहुत बहुत धन्यवाद। महापुरख हर साल अपना टाइम कढ के साल ही अपने अगले दिनों का टाइम दे के इतों की संगत लई अपना ये टाइम रिजर्व करवा के दवान लाते हैं। अकाल पुरख सच्चे वाहगुरु कृपा करे इहो जे महापुरश साडे समाज दे विच ये निष्काम सेवा करते रहन ताकि गुरु की जस कीर्ति गुर इतिहास से गुरबाणी का प्रचार होता रहे। भुल चुक लई खिमा जी बहुत बहुत धन्यवाद। वाहगुरु जी का खालसा, वाहगुरु जी की फतेह।